ਤੇਰੀ ਜਨਾਨੀ ਕਿਤੇ ਵੱਧ ਵੱਧ ਕੇ ਗੱਲਾਂ ਕਰਨ ਡਈ ਆ। ਨਾ ਸ਼ਾਦੀਆ, ਤੈਨੂੰ ਕੀ ਹੋ ਗਿਆ? ਕਿਉਂ ਅੱਬਾ ਜੀ ਨਾਲ ਜ਼ਬਾਨ ਚਲਾ ਰਹੀ ਹੈ ਤੂੰ? ਨਹੀਂ ਨਹੀਂ ਸਲੀਮ, ਮੈਂ ਅੱਬਾ ਜੀ ਨਾਲ ਜ਼ਬਾਨ ਨਹੀਂ ਚਲਾ ਰਹੀ, ਬਲਕਿ ਮੈਂ ਤੇ ਅੱਬਾ ਜੀ ਨੂੰ ਸ਼ੌਹਰ ਤੇ ਅਗਾਹੀ ਦੇ ਬਾਰੇ ਦੱਸ ਰਹੀ ਸੀ। ਸ਼ਾਦੀਆ ਬੇਗਮ, ਇਹਨੂੰ ਹੀ ਤੇ ਜ਼ਬਾਨ ਲੜਾਉਣਾ ਕਹਿੰਦੇ ਨੇ। ਹੁਣ ਇਹ ਗੱਲਾਂ ਬੰਦ ਕਰੋ ਤੇ ਛੇਤੀ ਛੇਤੀ ਕੰਮ ਮੁਕਾਓ। ਅੱਜ ਮੈਂ ਫਜ਼ਲ ਕਰੀਮ ਕੋਲ ਵੀ ਜਾਣਾ ਹੈ ਤਾਂ ਕਿ ਉਹ ਸਾਡੀ ਫਸਲ ਨੂੰ ਮੰਡੀ ਲੈ ਜਾਵੇ। ਸਲੀਮ, ਅਗਰ ਤੁਸੀਂ ਆਪਣੀ ਫਸਲ ਨੂੰ ਆਪ ਮੰਡੀ ਲੈ ਜਾਓ ਤੇ ਇਸ 'ਚ ਸਾਨੂੰ ਨਾ ਜ਼ਿਆਦਾ ਮੁਨਾਫਾ ਹੋ ਸਕਦਾ ਹੈ। ਜ਼ਿਆਦਾ ਮੁਨਾਫਾ ਹੋ ਸਕਦਾ ਹੈ? ਓ ਬਸ ਬਸ, ਹੁਣ ਤੂੰ ਸਾਨੂੰ ਦੱਸੇਗੀ ਕਿ 80 ਮਰਦਾਂ ਨੇ ਕੀ ਕਰਨਾ ਹੈ? ਤੋਬਾ ਬਈ ਤੋਬਾ, ਤੋਬਾ ਤੋਬਾ, ਓਏ ਐ ਵਕਤ ਵੀ ਅਸੀਂ ਵੇਖਣਿਆ ਸੀ ਕਿ ਹੁਣ ਘਰ ਦੇ ਫੈਸਲੇ ਐ ਜਨਾਨੀਆਂ ਕਰਨਗੀਆਂ। ਤੋਬਾ ਤੋਬਾ। ਨਸਲੀਮ ਦੇ ਬੰਨਾ, ਸਾਡੀ ਨੂੰਹ ਨੇ ਕੋਈ ਗੱਲ ਗਲਤ ਨਹੀਂ ਕੀਤੀ, ਘਰ ਦੇ ਫੈਸਲੇ ਮਰਦ ਹੀ ਕਰਦੇ ਨੇ। ਅਗਰ ਔਰਤ ਕੋਈ ਅੱਛਾ ਮਸ਼ਵਰਾ ਦਿੰਦੀ ਹੈ ਤੇ ਮਰਦਾਂ ਨੂੰ ਵੀ ਚਾਹੀਦਾ ਹੈ ਉਹਦੀ ਗੱਲ ਤੇ ਗੌਰ ਕਰ ਲੈਣਾ। ਇੱਧਰ ਚੁੱਪ ਕਰ, ਇਹ ਚੰਗਾ ਕੀਆ ਮਾੜਾ ਕੀਆ ਅਸੀਂ ਸਭ ਸਮਝਨੇ ਆ। ਇੱਕ ਤੇ ਇਸ ਕੀ ਕਹਿੰਦੇ ਆ ਉਹਨੂੰ, ਓਏ ਮਹਿੰਗਾਈ ਤੇ ਸਾਡੀ ਮੱਤ ਮਾਰ ਕੇ ਰੱਖ ਦਿੱਤੀ ਆ। ਐ ਸੋਹਰਾ, ਤੈਨੂੰ ਯਾਦ ਆ ਪਿਛਲੀ ਵਾਰ ਜਦੋਂ ਕਣਕ ਵਿੱਚ ਸਾਨੂੰ ਨੁਕਸਾਨ ਹੋਇਆ ਸੀ, ਪੈਸੇ ਥੋੜੇ ਮਿਲੇ ਸਨ, ਹੈ ਤੈਨੂੰ ਯਾਦ? ਹੁਣ ਅਗਰ ਇਹ ਗੱਲਾਂ ਦੇ ਨਾਲ ਨਾਲ ਕੰਮ ਖਤਮ ਹੋ ਗਿਆ ਹੋਏ ਤੇ ਘਰ ਚਲੀਏ, ਮੈਨੂੰ ਨਾ ਬੜੀ ਜ਼ੋਰ ਦੀ ਭੁੱਖ ਲੱਗੀ ਹੈ। ਰਾਵੀ, ਮੈਨੂੰ ਹੀ ਹੋ ਰਹੀ ਹੈ। ਹਾਂ ਹਾਂ, ਤੁਹਾਡੇ ਤੇ ਖੇਤਾਂ ਦੇ ਕੰਮ ਮੁੱਕ ਗਏ ਨੇ ਪਰ ਸਾਡੇ ਕੰਮ ਅਜੇ ਨਹੀਂ ਮੁੱਕੇ। ਨਾ ਕੀ ਮਤਲਬ ਇਸ ਗੱਲ ਦਾ? ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਅਜੇ ਘਰ ਜਾ ਕੇ ਰੋਟੀ ਆਂਡੀ ਕਰਨੀ ਹੈ, ਕੱਪੜੇ ਧੋਣੇ ਨੇ, ਭਾਂਡੇ ਧੋਣੇ ਨੇ, ਬੱਚਿਆਂ ਨੂੰ ਵੀ ਨਹਾਉਣਾ ਹੈ, ਹੋਰ ਵੀ ਬਹੁਤ ਸਾਰੇ ਕੰਮ ਪਏ ਹੈਗੇ ਨੇ। ਅਤੇ ਇਹ ਕਿਹੜੇ ਕੰਮ ਨੇ? ਇਹ ਤੇ ਤੁਹਾਡੀ ਜ਼ਿੰਮੇਵਾਰੀ ਹੈ। ਚਲੋ ਘਰ। ਆਖੋ ਸਖੀਓ, ਨੀਲਾ ਸਾਈ ਸਾਡੀ ਮਿਹਨਤ ਨੂੰ ਤੋੜ ਲਾਵੇ। ਆਖੋ ਸਖੀਓ, ਨੀਲਾ ਸਾਈ ਸਾਡੀ ਮਿਹਨਤ ਨੂੰ ਤੋੜ ਲਾਵੇ। ਫੁੱਡੇ 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 ਚੱਲੋ ਤਾਂ ਫੁੱਡੇ ਵਿੱਚ ਚੱਲੋ, ਤੁਹਾਨੂੰ ਵੀ ਦਾਣਾ ਪਾਉਂਦੀ ਹਾਂ। ਨਹੀਂ ਨਹੀਂ ਅੱਬਾ ਜੀ, ਐਸੀ ਕੋਈ ਗੱਲ ਨਹੀਂ ਹੈਗੀ, ਮੈਂ ਪਹਿਲੇ ਤੁਹਾਨੂੰ ਚਾਹ ਬਣਾ ਦਿੰਦੀ ਹਾਂ ਤੇ ਬਾਅਦ ਚ ਮੌਸਮ ਨੂੰ ਨਵਾ ਦਾਂਗੀ। ਠੀਕ ਹੈ ਪੁੱਤਰ, ਛੇਤੀ ਛੇਤੀ ਬਣਾ ਕੇ ਚਾਹ ਦੇ, ਬੜਾ ਹੀ ਦਰਦ ਇਸ ਵਿੱਚ ਖਤਮ ਹੋ ਜਾਣਾ। ਅੱਛਾ ਅੱਬਾ ਜੀ, ਹੁਣੇ ਬਣਾ ਦਿੰਦੀ ਹਾਂ। ਸ਼ਾਦੀਆ, ਸ਼ਾਦੀਆ, ਉਹ ਸਾਰਾ ਦਿਨ ਦੀ ਕਿੱਥੇ ਘੁੰਮਦੀ ਰਹਿੰਦੀ ਹੈ? ਮੈਨੂੰ ਇਹ ਦੱਸ, ਉਹ ਮੇਰੇ ਕੱਪੜੇ ਇਸਤਰੀ ਕੀਤੇ? ਉਹ ਨਾ, ਮੈਂ ਮੱਝਾਂ ਨੂੰ ਪੱਠੇ ਪਾ ਕੇ ਹਟੀ ਹਾਂ ਤੇ ਅੱਬਾ ਜੀ ਵਾਸਤੇ ਚਾਹ ਬਣਾ ਲਵਾਂ ਤੇ ਕੱਪੜੇ ਇਸਤਰੀ ਕਰ ਦੇਣੀ ਹੈ ਤੁਹਾਨੂੰ। ਕੀ? ਹੁਣ ਚਾਹ ਬਣੇਗੀ ਫਿਰ ਕੱਪੜੇ ਇਸਤਰੀ ਹੋਣਗੇ? ਉਹ ਤੈਨੂੰ ਨਾ ਮੇਰੀ ਇੱਜ਼ਤ ਦਾ ਬਿਲਕੁਲ ਵੀ ਖਿਆਲ ਨਹੀਂ।
ਤੂੰ ਤੇ ਚਾਹੀ ਹੈ ਕਿ ਲੋਕੀ ਮੇਰੇ ਉੱਤੇ ਹੱਸਣ। ਵੇਖੋ ਜੀ ਵੇਖੋ, ਸਲੀਮ ਦੀ ਬੁੱਢੀ ਸਲੀਮ ਨੂੰ ਕੱਪੜੇ ਇਸਤਰੀ ਕਰਕੇ ਨਹੀਂ ਦਿੰਦੀ, ਤੇ ਉਹ ਅੰਮਾ ਕਿੱਥੇ ਨੇ? ਅੰਮਾ ਨੂੰ ਆਹ ਖੱਬਾ ਵਾਸਤੇ ਚਾਹ ਬਣਾ ਦੇਵੇ ਤੇ ਤੂੰ ਮੇਰੇ ਕੱਪੜੇ ਇਸਤਰੀ ਕਰ। ਅੰਮਾ ਨਾ ਹਾਲਾ ਨਸਰੀਨ ਦੇ ਘਰ ਗਈ ਹੋਈ ਹੈ, ਉਹਦੀ ਸੋਨੇ ਦੀ ਵਾਲੀਆਂ ਦਾ ਡਿਜ਼ਾਇਨ ਦੇਖਣ। ਵੈਸੇ ਵੀ ਨਾ ਘਰ ਦਾ ਸਾਰਾ ਕੰਮ ਮੈਨੂੰ ਇਕੱਲੀ ਨੂੰ ਕਰਨਾ ਪੈਂਦਾ। ਅੱਛਾ ਅੱਛਾ, ਬਹੁਤੇ ਮਜ਼ਲੂਮ ਨਾ ਬਣ, ਕੰਮ ਕਰਦੀ ਤੇ ਆਸਾਨ ਕਰਦੀ ਹੈ, ਇਹ ਪਿੰਡ ਦੀ ਦੂਜੀ ਔਰਤਾਂ ਵੀ ਤਾਂ ਘਰ ਦੇ ਕੰਮ ਕਰਦੀਆਂ ਨੇ ਨਾ। ਸਲੀਮ ਤੁਸੀਂ ਗੁੱਸਾ ਨਾ ਕਰੋ, ਮੈਂ ਚਾਹ ਬਣਾ ਲਾ ਫਿਰ ਤੁਹਾਨੂੰ ਕੱਪੜੇ ਇਸਤਰੀ ਕਰ ਦਿੰਦੀ ਹਾਂ। ਅੱਛਾ ਅੱਛਾ ਠੀਕ ਹੈ, ਤੂੰ ਪਹਿਲੇ ਆਪਾਂ ਵਾਸਤੇ ਚਾਹ ਬਣਾ ਲੈ ਫਿਰ ਮੇਰੇ ਕੱਪੜੇ ਇਸਤਰੀ ਕਰ ਦੂੰਗੀ। ਸਲੀਮ ਐਵੇਂ ਨਹੀਂ ਹੋ ਸਕਦਾ, ਤੁਸੀਂ ਕੱਪੜੇ ਇਸਤਰੀ ਕਰ ਲਵੋ ਤੇ ਮੈਂ ਅੱਬਾ ਜੀ ਵਾਸਤੇ ਚਾਹ ਬਣਾ ਕੇ ਨਾ ਆਪਣੇ ਮੌਸੀ ਨੂੰ ਨਵਾ ਦਾਂਗੀ। ਵਾਹ ਜੀ ਵਾਹ, ਮੈਂ ਕੱਪੜੇ ਇਸਤਰੀ ਕਰ ਲਵਾਂ, ਕੱਲ ਨੂੰ ਤੂੰ ਮੈਨੂੰ ਕਹੇਗੀ ਸਲੀਮ ਚਾੜੋ ਤੇ ਦੇ ਦਿਓ, ਸਲੀਮ ਖਾਣਾ ਤੇ ਬਣਾ ਦਿਓ। ਨਾ ਬਾਬਾ ਨਾ, ਇਹ ਔਰਤਾਂ ਦੇ ਕੰਮ ਔਰਤਾਂ ਨੂੰ ਹੀ ਚੰਗੇ ਲੱਗਦੇ ਨੇ, ਤੇ ਉਹ ਨਾਦਰਾ ਕਿੱਥੇ ਨੇ? ਪਰ ਉਹਨੂੰ ਘਰ ਦੇ ਕੰਮ ਸਿਖਾ ਤਾਂ ਕਿ ਤੇਰਾ ਹੱਥ ਬਣਾ ਸਕੇ। ਸਲੀਮ ਆਪਣੀ ਨਾਦਰਾ ਨਾ ਹਜੇ ਬਹੁਤ ਛੋਟੀ ਹੈਗੀ ਹੈ ਤੇ ਉਹਦੀ ਤੇ ਨਾ ਸਕੂਲ ਪੜ੍ਹਨ ਦੀ ਉਮਰ ਹੈ। ਸਲੀਮ ਹਜੇ ਤੱਕ ਨਾ ਆਪਾਂ ਨੇ ਆਪਣੀ ਨਾਦਰਾ ਨੂੰ ਸਕੂਲ ਦਾਖਲ ਨਹੀਂ ਕੀਤਾ। ਉਹ ਕੁੜੀਆਂ ਨੂੰ ਪੜ੍ਹਨ ਦੀ ਕਿਹੜੀ ਲੋੜ ਹੈ ਸ਼ਾਦੀਆਂ, ਜਦੋਂ ਮੌਸਮ 5 ਸਾਲ ਦਾ ਹੋ ਜਾਵੇਗਾ ਨਾ ਉਹਨੂੰ ਸਕੂਲ ਹੀ ਦਾਖਲ ਕਰਾ ਦੇਵਾਂਗੇ। ਨਹੀਂ ਨਹੀਂ ਸਲੀਮ, ਮੁੰਡਾ ਹੋਵੇ ਜਾਂ ਕੁੜੀ, ਤਾਲੀਮ ਦੋਵਾਂ ਵਾਸਤੇ ਜ਼ਰੂਰੀ ਹੈ। ਦੋਵਾਂ ਵਾਸਤੇ ਜ਼ਰੂਰੀ ਹੈ? ਉਹ ਕੁੜੀਆਂ ਨੇ ਕਿਹੜੀ ਨੌਕਰੀ ਕਰਨੀ ਜੇ ਜਾਂ ਕਾਰੋਬਾਰ ਕਰਨਾ ਹੈ ਜੋ ਉਹਨਾਂ ਦਾ ਪੜ੍ਹਨਾ ਜ਼ਰੂਰੀ ਹੈ? ਨਹੀਂ ਸਲੀਮ, ਤਾਲੀਮ ਨੌਕਰੀ ਵਾਸਤੇ ਜਾਂ ਕਾਰੋਬਾਰ ਵਾਸਤੇ ਨਹੀਂ ਹੁੰਦੀ, ਤਾਲੀਮ ਇਨਸਾਨ ਨੂੰ ਸ਼ਾਊਰ ਤੇ ਅਗਾਹੀ ਦਾ ਪੈਗਾਮ ਦਿੰਦੀ ਹੈ। ਤੋਬਾ ਬਈ ਤੋਬਾ, ਤੂੰ ਆਪਣੇ ਘਰੋਂ 8 ਜਮਾਂ ਤੱਕ ਹੀ ਪੜ੍ਹ ਕੇ ਆ ਗਈ, ਹੁਣ ਆਪਣੇ ਸ਼ੋਰ ਨੂੰ ਹੀ ਸਮਾਂ ਪੜ੍ਹਾਉਣ ਲੱਗੀ ਹੈ। ਇੱਕ ਮਿੰਟ, ਮੇਰਾ ਫੋਨ ਵੱਜ ਰਿਹਾ। ਜੀ ਵਾਲੇਕੁਮ ਅਸਲਾਮ। ਹਾਂਜੀ ਜੀ, ਸਲੀਮ ਗੱਲ ਕਰ ਰਿਹਾ। ਜੀ ਜੀ, ਕੱਤਰ ਚੱਕ ਤੋਂ। ਉਹ ਫੈਸਲ ਭਰਾ ਕੀ ਹਾਲ ਏ? ਅੱਜ ਫੈਸਲ ਭਰਾ ਮੇਰੀ ਯਾਦ ਕਿਵੇਂ ਆ ਗਈ ਤੁਹਾਨੂੰ? ਕੀ ਵਰਕਸ਼ਾਪ? ਉਹ ਨਾ ਨਾ ਫੈਸਲ ਭਰਾ, ਮੇਰਾ ਤੇ ਟਰੈਕਟਰ ਠੀਕ ਹੈ, ਮੈਂ ਕਾਹਦੇ ਲਈ ਉਹਨੂੰ ਵਰਕਸ਼ਾਪ ਲੈ ਕੇ ਜਾਵਾਂ? ਕੀ ਟ੍ਰੇਨਿੰਗ? ਕੀ ਜੀ ਜੀ, ਆਵਾਜ਼ ਆ ਰਹੀ FDO ਦੀ? ਹੈ ਮਿਸਾਲੀ ਮਰਦ। ਅੱਛਾ ਅੱਛਾ, ਚਲੋ ਮੈਂ ਦੱਸਦਾ ਤੁਹਾਨੂੰ। ਹਾਂ ਸਲੀਮ, ਕੌਣ ਸੀ ਤੇ ਕਿਹੜੀ ਸ਼ੈਲੀ ਦੀ ਗੱਲ ਕਰ ਰਹੇ ਸੀ ਤੁਸੀਂ? ਪਤਾ ਨਹੀਂ, ਉਹ ਫੈਸਲ ਨਹੀਂ, ਫੈਸਲ ਫੈਸਲ ਤੀਅਰ ਚੱਕਲਾ। ਅੱਛਾ ਅੱਛਾ, ਦੋਸਤ ਉਹਦੀ ਗੱਲ ਸੀ। ਉਹ ਕੋਈ FDO ਤਨਜ਼ੀਮ ਹੈ ਜਿਹੜੀ ਮਿਸਾਲੀ ਮਰਦ ਦੇ ਉੱਤੇ ਟ੍ਰੇਨਿੰਗ ਕਰ ਰਹੀ ਹੈ, ਤੇ ਉਹ ਚਾਹੁੰਦੇ ਨੇ ਕਿ ਮੈਂ ਇਸ ਟ੍ਰੇਨਿੰਗ ਦੇ ਵਿੱਚ ਸ਼ਾਮਿਲ ਹੋਵਾਂ ਤੇ ਆਪਣੀ ਪਿੰਡ ਦੀ ਨੁਮਾਇੰਦਗੀ ਕਰਾਂ। ਸਲੀਮ, ਇਹ ਤੇ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ, ਤੁਹਾਨੂੰ ਇਸ ਟ੍ਰੇਨਿੰਗ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ, ਪਰ ਮੈਨੂੰ ਕੀ ਪਤਾ ਉੱਥੇ ਕੀ ਬੋਲਣਾ ਹੈ ਤੇ ਕੀ ਕਹਿਣਾ ਹੈ। ਮੈਨੂੰ ਤਾਂ ਬਸ ਇੱਕ ਹੀ ਗੱਲ ਦਾ ਪਤਾ ਹੈ ਕਿ ਟਰੈਕਟਰ ਸਿੱਖਣ ਲਈ ਤੇ ਟ੍ਰੇਨਿੰਗ ਕਰਨੀ ਪੈਂਦੀ ਹੈ। ਸਲੀਮ, ਸਿੱਖਣ ਦਾ ਮਤਲਬ ਹੀ ਟ੍ਰੇਨਿੰਗ ਹੁੰਦੀ ਹੈ, ਤੇ ਉੱਥੇ ਤੁਹਾਨੂੰ ਸਮਝਾਉਣਗੇ ਕਿ ਮਿਸਾਲੀ ਮਰਦ ਕਿਵੇਂ ਬਣਦੇ ਨੇ। ਮਿਸਾਲੀ ਮਰਦ? ਅੱਛਾ ਅੱਛਾ, ਸੋਚਾਂਗਾ। ਸਲੀਮ, ਸੋਚਣਾ ਨਹੀਂ ਬਲਕਿ ਹੁਣੇ ਤੁਸੀਂ ਭਾਈ ਨੂੰ ਫੋਨ ਕਰੋ ਤੇ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਤੁਸੀਂ ਇਸ ਟ੍ਰੇਨਿੰਗ 'ਚ ਜ਼ਰੂਰ ਹਿੱਸਾ ਲਓਗੇ। ਸਲੀਮ, ਮੇਰੀ ਵੀ ਇੱਕ ਗੱਲ ਮੰਨ ਲਓ ਤੁਸੀਂ। ਅੱਛਾ ਅੱਛਾ ਠੀਕ ਹੈ, ਮੰਨ ਲੈਂਦਾ ਤੇਰੀ ਗੱਲ ਨੂੰ। ਚਲੋ, ਇਸ ਬਹਾਨੇ ਮੈਂ ਆਪਣੀ ਜਿਗਰੀ ਯਾਰ ਨੂੰ ਵੀ ਮਿਲਾਵਾਂਗਾ। ਹਾਂਜੀ ਚਲੋ, ਹੁਣੇ ਫੋਨ ਕਰਨਾ ਉਹਨੂੰ। ਉਹ ਚੱਕ ਲੈ ਯਾਰ ਫੋਨ।
ਹਾਂਜੀ ਵਾਲੇਕੁਮ ਅਸਲਾਮ ਜੀ ਜੀ ਫੈਸਲ ਭਰਾ ਉਹ ਯਾਰ ਉਸ ਟ੍ਰੇਨਿੰਗ ਦੇ ਵਿੱਚ ਮੇਰਾ ਨਾਮ ਵੀ ਲਿਖਾ ਦੇ ਹਾਂ ਹਾਂ ਮੈਂ ਉਸ ਟ੍ਰੇਨਿੰਗ ਦੇ ਵਿੱਚ ਜ਼ਰੂਰ ਆਵਾਂਗਾ ਹਾਂ ਚਲੋ ਬੜੀ ਮਿਹਰਬਾਨੀ ਰੱਬ ਰਾਖਾ ਹੁਣ ਤੇ ਤੂੰ ਖੁਸ਼ ਹੈ ਨਾ ਹਾਂਜੀ ਹਾਂਜੀ ਚਲ ਹੁਣ ਛੇਤੀ ਕਰਕੇ ਮੇਰੇ ਕੱਪੜੇ ਇਸਤਰੀ ਕਰ ਦੇ ਬਸ ਫਿਰ ਐਵੇਂ ਚਾਹ ਬਣਾ ਕੇ ਤੇ ਐਵੇਂ ਤੁਹਾਡੇ ਕੱਪੜੇ ਇਸਤਰੀ ਕਰਕੇ ਲੈ ਆਈ ਚਲੋ ਠੀਕ ਹੈ ਆਖੋ ਸਖੀਓ ਨੀ ਅੱਲਾ ਸਾਈ ਆਖੋ ਸਖੀਓ ਮੈਨੂੰ ਬੜੀ ਖੁਸ਼ੀ ਹੋਈ ਕਿ ਮਾਸ਼ਾਅੱਲਾ ਪਿੰਡ ਦੇ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਅੱਛਾ ਹੁਣ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਚੋਂ ਕੌਣ ਦੱਸੇਗਾ ਕਿ ਅੱਜ ਇਕੱਠ ਕਿਉਂ ਹੋਇਆ ਜੀ ਜੀ ਸਾਨੂੰ ਪਤਾ ਹੈ ਅੱਜ ਅਸੀਂ ਪਿੰਡ ਦੀ ਸਤਾ ਤੇ ਬਚਤ ਕਮੇਟੀ ਬਣਾਉਣ ਲਈ ਇਕੱਠੇ ਹੋਏ ਆ ਹਾਂਜੀ ਸਾਹਿਬ ਜੀ ਸਾਨੂੰ ਨਾਲ ਦੇ ਪਿੰਡ ਚੋਂ ਪਤਾ ਚੱਲਿਆ ਕਿ ਐਫਪੀਓ ਤਨਜ਼ੀਮ ਵਾਲਿਆਂ ਨੇ ਇੱਕ ਬਚਤ ਕਮੇਟੀ ਬਣਾਈ ਹੈ ਜੋ ਕਿ ਉਹਨਾਂ ਨੇ 30,000 ਰੁਪਿਆ ਵੀ ਇਕੱਠਾ ਕਰ ਲਿਆ ਤੇ ਇੱਕ ਗੱਲ ਹੋਰ ਵੀ ਹੈ ਉੱਥੇ ਕਿਸਾਨਾਂ ਲਈ ਸਕੂਲ ਵੀ ਕਾਇਮ ਕੀਤਾ ਜਾ ਰਿਹਾ ਹੈ ਜਿੱਥੇ ਮਕਈ ਕਾਸ਼ਤ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਤਰਬੀਅਤ ਦਿੱਤੀ ਜਾਊਗੀ ਸਾਹਿਬ ਜੀ ਸਾਨੂੰ ਇਹ ਤਾਂ ਦੱਸਿਆ ਜਾਵੇ ਉਹ ਸਕੂਲ ਸਾਨੂੰ ਕੀ ਸਿਖਾਇਆ ਜਾਏਗਾ ਤੇ ਕੀ ਦੱਸਿਆ ਜਾਏਗਾ ਜੀ ਜੀ ਤੁਸੀਂ ਬਹੁਤ ਹੀ ਚੰਗਾ ਸਵਾਲ ਕੀਤਾ ਹੈ ਇਹ ਸਕੂਲ ਇਸ ਪਿੰਡ ਵਿੱਚ ਵੀ ਕਾਇਮ ਹੋਣ ਜਾ ਰਿਹਾ ਹੈ FFBS ਯਾਨੀ ਫਾਰਮਰ ਫੀਲਡ ਬਿਜ਼ਨਸ ਸਕੂਲ ਕਹਿੰਦੇ ਨੇ ਤੁਹਾਨੂੰ ਕੋਈ ਕਿਤਾਬਾਂ ਨਹੀਂ ਪੜ੍ਹਨੀਆਂ ਪੈਣਗੀਆਂ ਤੇ ਨਾ ਹੀ ਕੋਈ ਉਸਤਾਦ ਹੋਏਗਾ ਇਸ ਲਈ ਤੁਹਾਨੂੰ ਡਰਨ ਦੀ ਲੋੜ ਨਹੀਂ ਨਾ ਕਿਤਾਬਾਂ ਹੋਣਗੀਆਂ ਨਾ ਉਸਤਾਦ ਹੋਣਗੇ ਓਏ ਕਾਹਦਾ ਸਕੂਲ ਹੋਇਆ ਬਈ ਔਰ ਚਾਚਾ ਜੀ ਇਸ ਸਕੂਲ ਦੇ ਵਿੱਚ ਤੁਸੀਂ ਪੜ੍ਹਨਾ ਨਹੀਂ ਹੈ ਬਸ ਇੱਥੇ ਕਿਸਾਨ ਭੈਣ ਭਰਾ ਤੇ FDO ਦੇ ਨੁਮਾਇੰਦੇ ਰਲ ਮਿਲ ਕੇ ਇੱਥੋਂ ਤੋਂ ਸਿੱਖਣਗੇ ਸਰ ਜੀ ਕਮਾਲ ਦੀਆਂ ਗੱਲਾਂ ਕਰਦੇ ਹੋ ਤੁਸੀਂ ਉਹ ਵੀ ਅਸੀਂ ਕਿਵੇਂ ਸਿਖਾ ਸਕਦੇ ਹਾਂ ਤੁਸੀਂ ਤਾਂ ਪਹਿਲੇ ਪੜ੍ਹੇ ਲਿਖੇ ਹੋ ਅਸੀਂ ਕਿਵੇਂ ਸਿਖਾਵਾਂਗੇ ਤੁਹਾਨੂੰ ਸਰ ਜੀ ਦੱਸੋ ਤਾਂ ਸਹੀ ਇਸ ਸਕੂਲ ਦੇ ਵਿੱਚ ਸਾਨੂੰ ਕੀ ਸਿਖਾਇਆ ਜਾਏਗਾ ਆਹੋ ਮੈਂ ਤੁਹਾਨੂੰ ਦੱਸਣਾ ਜੀ ਜੀ ਫਾਰਮਰ ਫੀਲਡ ਬਿਜ਼ਨਸ ਸਕੂਲ FDO ਟੇਕੇਅਰ ਪਾਕਿਸਤਾਨ ਦਾ ਮਨਸੂਬਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੋਵੇਂ ਕਿਸਾਨਾਂ ਦੀ ਫਲਾਹ ਬਹਿਬੂਦ ਲਈ ਕੰਮ ਕਰਦੇ ਨੇ ਤੇ ਇਸ ਸਕੂਲ ਦੇ ਵਿੱਚ ਇਸ ਪਿੰਡ ਦੇ ਮਕਾਈ ਕਾਸ਼ ਕਰਨ ਵਾਲੇ ਛੋਟੇ ਕਾਸ਼ਤਕਾਰ ਸ਼ਰੀਕ ਹੋਣਗੇ ਤੇ ਉਹਨਾਂ ਨੂੰ ਮਾਹੌਲ ਸਾਜ਼ ਤਰੀਕਾ ਕਾਸ਼ਤ ਤੇ ਜਦੀਦ ਤਰੀਕਾ ਕਾਸ਼ਤ ਤੇ ਇਸ ਤੋਂ ਇਲਾਵਾ ਥੋੜੇ ਸਰਮਾਏ ਦੇ ਨਾਲ ਬਹੁਤਾ ਮੁਨਾਫਾ ਕਮਾਉਣ ਦਾ ਤਰੀਕਾ ਦੱਸਿਆ ਜਾਏਗਾ ਪਾਣੀ ਤੇ ਮਿੱਟੀ ਦਾ ਤਜ਼ੀਆ ਕਰਾਉਣ ਦੇ ਤੇ ਇਸ ਤੋਂ ਇਲਾਵਾ ਇਹਦੇ ਫਾਇਦੇ ਵੀ ਦੱਸੇ ਜਾਣਗੇ ਤਾਂ ਕਿ ਫਸਲ ਦੀ ਪੈਦਾਵਾਰ ਚੰਗੀ ਹੋਵੇ
ਤੇ ਸਾਡਾ ਕਿਸਾਨ ਖੁਸ਼ਹਾਲ ਹੋਵੇ। ਤੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਏਗਾ ਜੇ ਕਿਸਾਨ ਆਪਣੀ ਫਸਲ ਦੇ ਵਿੱਚ ਜ਼ਰੂਰਤ ਦੇ ਮੁਤਾਬਿਕ ਖਾਦ ਦਾ ਇਸਤੇਮਾਲ ਕਰੇ ਅਤੇ ਜ਼ਰੂਰਤ ਦੇ ਮੁਤਾਬਿਕ ਪਾਣੀ ਪਾਵੇ ਅਤੇ ਇਸ ਤਰ੍ਹਾਂ ਵੀ ਕਾਫੀ ਸਾਰੀ ਬੱਚਤ ਹੋ ਸਕਦੀ ਹੈ। ਤੇ ਮਜ਼ੀਦ ਵੀ ਇੱਕ ਹੋਰ ਗੱਲ ਵੀ ਸਿਖਾਈ ਜਾਏਗੀ, ਉਹ ਵੀ ਦੱਸੋ। ਹਾਂ, ਇਸ ਸਕੂਲ ਦੇ ਵਿੱਚ ਲੇਜ਼ਰ ਲਰਨਿੰਗ ਦੇ ਬਾਰੇ 'ਚ ਵੀ ਦੱਸਿਆ ਜਾਏਗਾ ਤੇ ਉਹਦੇ ਫਾਇਦੇ ਵੀ ਦੱਸੇ ਜਾਣਗੇ। ਵਾਹ ਬਈ ਵਾਹ, ਇਹ ਤੇ ਬੜੀ ਚੰਗੀ ਗੱਲਾਂ ਨੇ ਜਿਹੜੀ ਸਾਨੂੰ ਸਿਖਾਈ ਜਾਣਗੀਆਂ। ਤੇ ਚਲੋ ਅਸੀਂ ਹੁਣ ਫਿਰ ਬੱਚਤ ਕਮੇਟੀ ਬਾਰੇ ਗੱਲ ਕਰਨੇ ਆ ਤੇ ਸਕੂਲ ਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਓ ਮਾਈ ਗਾਡ, ਮਾਸ਼ਾਅੱਲਾ ਮਾਸ਼ਾਅੱਲਾ। ਮੈਂ ਬੜਾ ਖੁਸ਼ ਹਾਂ ਕਿ ਮੇਰੇ ਕਿਸਾਨ ਭੈਣ ਭਰਾ ਮਾਸ਼ਾਅੱਲਾ ਬਹੁਤ ਕੁਝ ਜਾਣਦੇ ਨੇ। ਆਹੋ, ਅੱਛਾ ਹੁਣ ਮੈਨੂੰ ਤੁਸੀਂ ਇਹ ਦੱਸੋ ਬਾਜੀ, ਜਦੋਂ ਤੁਸੀਂ ਇਸ ਇਜਲਾਸ ਵਿੱਚ ਸ਼ਿਰਕਤ ਵੀ ਆ ਰਹੇ ਸੀ ਤੇ ਤੁਹਾਡੇ ਜ਼ਿਹਨ 'ਚ ਕੀ ਸੀ? ਹਾਂਜੀ ਸਰ ਜੀ, ਮੈਨੂੰ ਸਲੀਮ ਕੋਲੋਂ ਪਤਾ ਚੱਲਿਆ ਸੀ ਕਿ ਅਸੀਂ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਆਪਣੀ ਇੱਕ ਬੱਚਤ ਕਮੇਟੀ ਬਣਾਵਾਂਗੇ ਤੇ ਆਪਣੇ ਆਪਣੇ ਹਿੱਸੇ ਦੇ ਪੈਸੇ ਇਕੱਠੇ ਕਰਾਂਗੇ ਜੋ ਕਿ ਅਸੀਂ ਉਹ 3 ਮਹੀਨਿਆਂ ਬਾਅਦ ਆਪਣੀ ਜ਼ਰੂਰਤ ਦੇ ਮੁਤਾਬਿਕ ਕੋਈ ਛੋਟਾ ਮੋਟਾ ਬਿਜ਼ਨਸ ਕਰਾਂਗੇ ਜੋ ਕਿ ਮੈਨੂੰ ਵੀ ਸਿਲਾਈ ਦਾ ਕੰਮ ਆਉਂਦਾ ਹੈ ਤੇ ਮੈਂ ਸੋਚਿਆ ਕਿ ਇਹਦੇ ਵਿੱਚੋਂ ਤੇ ਮੈਂ ਇੱਕ ਮਸ਼ੀਨ ਲਵਾਂਗੀ ਤੇ ਆਪਣਾ ਸਿਲਾਈ ਦਾ ਕੰਮ ਕਰਾਂਗੀ ਤੇ ਮੇਰਾ ਕਾਰੋਬਾਰ ਚੱਲ ਜਾਏਗਾ। ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਚੰਗੀ ਗੱਲ ਕੀਤੀ ਪਰ ਮੈਂ ਅੱਛੀ ਸੋਚ ਹੈ ਭਾਈ ਸਾਹਿਬ ਜੀ। ਮੈਂ ਬੋਲਾਂ, ਹਾਂ ਭਾਈ, ਇਸ ਬਜਟ ਵਿੱਚੋਂ ਨਾ ਮੈਂ ਭੇਡਾਂ ਬੱਕਰੀਆਂ ਲਵਾਂਗਾ ਤੇ ਐਡਾ ਵੱਡਾ ਰਿਵਰ ਬਣਾਵਾਂਗਾ ਤੇ ਮੋਜਾ ਕਰਾਂਗਾ। ਉਹਨੇ ਵੀ ਭੇਡ ਬੱਕਰੀਆਂ ਪਾਲਣਾ ਤੇ ਉਹਨਾਂ ਨੂੰ ਚਰਾਉਣਾ ਸਾਡੇ ਅੰਬੇ ਇਕਰਾਮ ਦਾ ਪੇਸ਼ਾ ਹੈ ਤੇ ਸਾਡੇ ਪਿੰਡ ਦੇ ਬਹੁਤ ਸਾਰੇ ਲੋਕ ਲੋਨ ਸਕੀਮਾਂ ਦੇ ਜਾਲ ਦੇ ਵਿੱਚ ਫਸੇ ਹੋਏ ਨੇ। ਇਸ ਤਰ੍ਹਾਂ ਘੱਟ ਤੋਂ ਘੱਟ ਅਸੀਂ ਆਪਣੀ ਬੱਚਤ ਦੇ ਪੈਸੇ ਆਪਣੇ ਉੱਤੇ ਲਾਣਗੇ ਤੇ ਸੂਦ ਜੇ ਲਾਣਾ ਤੂੰ ਵੀ ਮਹਿਫੂਜ਼ ਰਹਾਂਗੇ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਗੱਲ ਕੀਤੀ ਹੈ ਤੁਸੀਂ। ਮੈਨੂੰ ਹੁਣ ਯਕੀਨ ਹੋ ਗਿਆ ਕਿ ਇਸ ਪਿੰਡ ਦੀ ਬੱਚਤ ਕਮੇਟੀ ਜਿਹੜੀ ਹੋਏਗੀ ਨਾ ਉਹ ਕਾਮਯਾਬ ਤੇ ਮਿਸਾਲੀ ਹੋਏਗੀ ਇਨਸ਼ਾਅੱਲਾ। ਉਹਨੂੰ ਵੇਖ ਕੇ ਪਿੰਡ ਦੇ ਬਾਕੀ ਲੋਕ ਵੀ ਉਹਦੇ ਸ਼ਾਮਿਲ ਹੋ ਜਾਣਗੇ। ਇਸ ਤਰ੍ਹਾਂ ਸਾਡਾ ਜਿਹੜੀ ਪਿੰਡ ਯਾਨੀ ਤੁਹਾਡਾ ਪਿੰਡ ਇੱਕ ਮਿਸਾਲੀ ਪਿੰਡ ਬਣ ਜਾਏਗਾ ਜੀ। ਭਾਈ ਠੀਕ ਆ ਭਾਈ, ਬਿਸਮਿਲ੍ਲਾ ਦੀ ਬਰਕਤ ਨਾਲ ਮੈਂ ਆਹ ਪੈਸੇ ਜਿਹੜੇ ਆ ਨਾ ਬਾਈ ਆਹ ਡੱਬੇ 'ਚ ਸੁੱਟਣਾ। ਬਾਈ ਭਾਈ ਸਰ ਜੀ, ਇੱਕ ਗੱਲ ਦੱਸੋ, ਮੈਨੂੰ ਕਿਵੇਂ ਪਤਾ ਲੱਗੂ ਵੀ ਔਲਾਦ ਨੇ ਇਹਦੇ ਵਿੱਚ ਪੈਸੇ ਸੁੱਟੇ ਆ? ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਇਹ ਵੇਖੋ ਇਹ ਤੁਹਾਡਾ ਨਾਮ ਹੈ ਲਿਖ ਲਿਆ। ਸ਼ਾਬਾਸ਼ ਸ਼ਾਬਾਸ਼, ਤੂੰ ਵੀ ਆਪਣੇ ਹਿੱਸੇ ਦੇ ਪੈਸੇ ਪਾ। ਚਲੋ ਬਾਈ, ਪਾਓ ਪਾਓ ਬਾਈ ਪਾਓ। ਸਲੀਮ ਸਲੀਮ, ਕਿੱਥੇ ਵੇ ਜੀ? ਅੱਬਾ ਜੀ, ਇੱਧਰ ਗੱਲ ਸੁਣ ਲੈਣਾ ਜੀ। ਅੱਬਾ ਜੀ, ਕੀ ਗੱਲ ਹੈ? ਮੈਨੂੰ ਇੱਕ ਗੱਲ ਦਾ ਜਵਾਬ ਦੇ ਜੀ। ਜੀ, ਇਹ ਆਪਣੀ ਧੀ ਨਾਦਰਾ ਇਹ ਅਸਲਾਂ ਦੇ ਘਰ ਕੀ ਲੈਣ ਜਾਂਦੀ ਆ? ਅੱਬਾ ਜੀ, ਉਹ ਉੱਥੇ ਟਿਊਸ਼ਨ ਪੜ੍ਹਨ ਜਾਂਦੀ ਹੈ। ਕੀ? ਟਿਊਸ਼ਨ ਪੜ੍ਹਨ ਜਾਂਦੀ ਹੈ। ਓਏ, ਹੁਣ ਧੀ ਸਾਡੀ ਟਿਊਸ਼ਨ ਪੜ੍ਹੇਗੀ? ਟਿਊਸ਼ਨ ਨੇ ਅੱਬਾ ਜੀ, ਹੁਣ ਸਾਡੀ ਪਿਆਰੀ ਧੀ ਸਕੂਲ ਵੀ ਪੜ੍ਹਨ ਜਾਏਗੀ। ਵੇ, ਤੇਰਾ ਦਿਮਾਗ ਤਾਂ ਠੀਕ ਹੈ, ਭਲਾ ਕੁੜੀ ਕਿਸ ਤਰ੍ਹਾਂ ਕੱਲੀ ਸਕੂਲ ਪੜ੍ਹਨ ਜਾਏਗੀ ਐਡੀ ਦੂਰ? ਐਡੀ ਦੂਰ ਕਿੱਥੇ ਅੰਮਾ ਜੀ, 3 ਮੀਲ ਤੇ ਸਾਰਾ ਹੈ। ਕਦੀ ਮੈਂ ਛੱਡਾਵਾਂਗਾ ਤੇ ਕਦੀ ਸ਼ਾਜ਼ੀਆ। ਵੇ, ਤੇਰੇ ਦਿਮਾਗ ਦੀ ਸੂਈ ਠੀਕ ਆ, ਸ਼ਾਜ਼ੀਆ ਕਿਸ ਤਰ੍ਹਾਂ ਛੱਡਣ ਜਾਏਗੀ? ਅੰਮਾ ਜੀ, ਜਿਵੇਂ ਮੈਂ ਮੋਟਰਸਾਈਕਲ ਚਲਾਉਣਾ ਉਵੇਂ ਸ਼ਾਜ਼ੀਆ ਹੁਣ ਸਕੂਟੀ ਚਲਾਏਗੀ। ਤੇਰੀ ਬੱਸ ਵੱਜ ਗਈ ਸਲੀਮ, ਹੁਣ ਇਸ ਉਮਰੇ ਤੂੰ ਸਾਡਾ ਨੱਕ ਵਟਾਉਣ ਦੇ ਚੱਕਰ ਚ ਆ,
ਮੈਂ ਬਾਹਰ ਜਾਵਾਂ ਤੇ ਲੋਕੀ ਕਹਿਣ ਉਹ ਲਗਾਤਾਰ ਦਿਨੋ ਸਟੂਕੀ ਚਲਾਉਂਦੀਆਂ ਫਿਰਦੀਆਂ। ਨਹੀਂ ਅੱਬਾ ਜੀ, ਕੋਈ ਕੁਝ ਨਹੀਂ ਕਹੇਗਾ ਕਿਉਂਕਿ ਮੈਂ ਆਪਣੀ ਬੀਵੀ ਦੇ ਪਿੱਛੇ ਖੜੋਤਾ ਵਾਂ। ਔਰ ਅੱਬਾ ਜੀ, ਜੇ ਅਸੀਂ ਚਾਹੁੰਦੇ ਹਾਂ ਨਾ ਕਿ ਸਾਡਾ ਮਾਸ਼ਰਾ ਤਰੱਕੀ ਕਰੇ ਤੇ ਸਾਨੂੰ ਔਰਤਾਂ ਨੂੰ ਨਾਲ ਨਾਲ ਲੈ ਕੇ ਚੱਲਣ ਦੇ ਮੌਕੇ ਫਰਾਮ ਕਰਨੇ ਪੈਣਗੇ। ਹਾਂ ਸ਼ ਅੱਬਾ ਜੀ, ਕਦੇ ਵੀ ਨੋਆ ਤੀਆਂ ਆਪਣੇ ਮਾਂ ਪਿਓ ਦਾ ਤੇ ਆਪਣੇ ਬੰਦੇ ਦਾ ਸਿਰ ਨਹੀਂ ਨਿਵਾਉਣ ਦਿੰਦੀਆਂ। ਜੇ ਅਗਰ ਉਹਨਾਂ ਨੂੰ ਵੀ ਇਨਸਾਨ ਸਮਝਿਆ ਜਾਏ ਤੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਏ ਤੇ ਉਹ ਵੀ ਜ਼ਰੂਰ ਕਾਮਯਾਬ ਹੋਣਗੀਆਂ। ਹਾਂ ਸਲੀਮ ਦੇ ਅੱਬਾ, ਸਾਡੀ ਨੂੰਹ ਬਿਲਕੁਲ ਗੱਲ ਠੀਕ ਕਹਿ ਰਹੀ ਹੈ। ਉਹ ਭਾਈ ਅਕਰਮ ਨੂੰ ਵੇਖਿਆ ਨਾ, ਉਹਨੇ ਆਪਣੀ ਧੀ ਨੂੰ ਸ਼ਹਿਰ ਕਾਲਜ ਪੜ੍ਹਾਇਆ, ਪੜ੍ਹਾ ਲਿਖਾ ਕੇ ਤੇ ਉਹਨੂੰ ਇੰਜੀਨੀਅਰ ਬਣਾਇਆ ਤੇ ਹੁਣ ਪਰ ਅਸੀਂ ਵੀ ਸੋਚ ਰਿਹਾ ਕਿ ਅਸੀਂ ਆਪਣੀ ਪੋਤਰੀ ਨਾਦਰਾ ਨੂੰ ਪੜ੍ਹਾ ਲਿਖਾ ਕੇ ਤੇ ਵੱਡੀ ਡਾਕਟਰ ਬਣਾਉਣਾ ਜੋ ਕਿ ਸਾਡੇ ਪਿੰਡ ਦੀ ਖਿਦਮਤ ਕਰ ਸਕੇ। ਅੱਬਾ ਜੀ, ਜੇ ਤੁਸੀਂ ਤਸਲੀਮ ਸਾਡੇ ਨਾਲ ਹੋ ਨਾ ਤੇ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਲਓ ਅੱਬਾ ਜੀ, ਹੁਣ ਫੈਸਲਾ ਹੋ ਗਿਆ ਕਿ ਮੈਂ ਆਪਣੀ ਭੈਣ ਰਾਣੋ ਦਾ ਹਿੱਸਾ ਵੀ ਦੇਵਾਂਗਾ ਤੇ ਆਪਣੀ ਪਿਆਰੀ ਧੀ ਨੂੰ ਸਕੂਲ ਵੀ ਪੜ੍ਹਾਵਾਂਗਾ। ਤੇ ਅੱਬਾ ਜੀ, ਜ਼ਮੀਨਾਂ ਦੇ ਹਵਾਲੇ ਨਾਲ ਘਰ ਦੇ ਵਿੱਚ ਜਿਹੜੇ ਵੀ ਫੈਸਲੇ ਹੋਣਗੇ ਨਾ, ਉਹਨਾਂ ਦੇ ਵਿੱਚ ਅੰਮਾ ਦੀ ਤੇ ਸ਼ਾਦੀਆਂ ਦੀ ਰਾਏ ਵੀ ਜ਼ਰੂਰ ਲਵਾਂਗੇ ਤਾਂ ਕਿ ਸਾਡੀ ਫਸਲ ਚੰਗੀ ਹੋਵੇ ਤੇ ਮੇਰੀ ਪਿਆਰੀ ਅੰਮਾ ਦੀ ਵਾਲੀਆਂ ਬਣ ਸਕਣ। ਇਹ ਤਾਂ ਬਹੁਤ ਹੀ ਚੰਗੀ ਗੱਲ ਹੈਗੀ ਹੈ। ਉਹ ਮੈਨੂੰ ਯਾਦ ਆਇਆ, ਭੈਣ ਸਲਮਾ ਦੱਸ ਰਹੀ ਸੀ ਕਿ ਨਾਲ ਵਾਲੇ ਚੱਕ ਦੀ ਮੰਡੀ ਦਾ ਰੇਟ ਬਹੁਤ ਹੀ ਚੰਗਾ ਜਾ ਰਿਹਾ ਹੈਗਾ। ਜੇ ਅਗਰ ਅਸੀਂ ਆਪਣੀ ਮਕਈ ਦੀ ਫਸਲ ਉਸੇ ਮੰਡੀ 'ਚ ਲੈ ਕੇ ਜਾਈਏ ਤੇ ਸਾਨੂੰ ਜ਼ਿਆਦਾ ਮੁਨਾਫਾ ਹੋ ਸਕਦਾ। ਵਾਹ ਬਾਈ ਵਾਹ, ਇਹ ਤਾਂ ਬੜੀ ਚੰਗੀ ਗੱਲ ਹੈ। ਪਰ ਸ਼ਾਦੀਆਂ, ਮੈਨੂੰ ਗਲਤ ਦੱਸ, ਉੱਥੇ ਚੰਗਾ ਰੇਟ ਮਿਲ ਰਿਹਾ, ਇਹ ਤੈਨੂੰ ਕੀ ਪਤਾ ਚੱਲੇ? ਸਲੀਮ, ਜੇ ਅਗਰ ਅਸੀਂ ਇੱਕ ਦੂਸਰੇ ਦੇ ਨਾਲ ਰਾਬਤੇ 'ਚ ਰਹਾਂਗੇ ਤੇ ਫਿਰ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਨਾ। ਭੈਣ ਸਲਮਾ ਦਾ ਬੰਦਾ ਭਾਰ ਪੀ ਕੇ ਹੈਗਾ ਨਾ, ਉਹ ਉਸੇ ਮੰਡੀ 'ਚ ਆਪਣੀ ਫਸਲ ਲੈ ਕੇ ਗਿਆ ਸੀ ਤੇ ਉਹਨਾਂ ਦੀ ਫਸਲ ਦਾ ਰੇਟ ਬੜਾ ਹੀ ਚੰਗਾ ਲੱਗਿਆ ਹੈਗਾ। ਲਓ ਬਾਈ, ਹੁਣ ਅਸੀਂ ਵੀ ਆਪਣੀ ਫਸਲ ਨੂੰ ਆਪ ਮੰਡੀ ਲੈ ਕੇ ਜਾਵਾਂਗੇ। ਅੱਬਾ ਜੀ, ਅੱਜ ਤੀ ਕਰਨਾ ਅਸੀਂ ਆਪਣੀ ਚਲਾਈਏ, ਪਰ ਅੱਬਾ ਜੀ ਅੱਜ ਤੋਂ ਬਾਅਦ ਘਰ ਦੇ ਹਰ ਫੈਸਲੇ ਦੇ ਵਿੱਚ ਅੰਮਾ ਦੀ ਤੇ ਸ਼ਾਦੀਆਂ ਦੀ ਰਾਏ ਜ਼ਰੂਰ ਲਵਾਂਗੇ ਇਨਸ਼ਾਅੱਲਾ। ਇਨਸ਼ਾਅੱਲਾ। ਓਏ ਪੁੱਤਰ ਸਲੀਮ, ਤੇਰੀ ਗੱਲਾਂ ਨੇ ਮੇਰਾ ਹੌਸਲਾ ਵਧਾ ਦਿੱਤਾ ਤੇ ਜਿਵੇਂ ਤੂੰ ਆਪਣੀ ਜਨਾਨੀ ਦੇ ਪਿੱਛੇ ਖਲੋਤਾ ਨਾ, ਤੇ ਮੈਂ ਵਾਅਦਾ ਕਰਨਾ ਮੈਂ ਆਪਣੀ ਨੂੰਹ ਨੂੰ ਇਸ ਪਿੰਡ ਦੀ ਕੌਂਸਲਰ ਬਣਾਵਾਂਗਾ। ਓਏ ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਸਮਝਦਾਰ ਆ ਮੇਰੀ ਨੂੰਹ ਤੇ ਸਾਡੇ ਨੇ ਖਿਦਮਤ ਵੀ ਬੜੀ ਕੀਤੀ ਆ। ਬਸ ਕਦੀ ਕਦੀ ਮੈਂ ਗੁੱਸਾ ਹੋ ਜਾਂਦਾ ਸਾਂ, ਪਰ ਸੱਚ ਆ ਇਹਨੇ ਉਫ ਤੱਕ ਨਹੀਂ ਕੀਤੀ। ਅੱਬਾ ਜੀ, ਇਹ ਤੇ ਭਲਾ ਹੋਵੇ FDO ਔਰ ਕੇਅਰ ਇੰਟਰਨੈਸ਼ਨਲ ਤਨਜ਼ੀਮ ਦਾ, ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਆ ਕੇ ਸਾਨੂੰ ਦੱਸਿਆ ਹੈ ਕਿ ਖਵਾਤੀਨ ਨੂੰ ਮਾਸ਼ੀ ਤਰੱਕੀ ਦੇ ਵਿੱਚ ਅੱਗੇ ਲਿਆਏ ਬਿਨਾਂ ਸਾਡਾ ਮਾਸ਼ਰਾ ਤਰੱਕੀ ਨਹੀਂ ਕਰ ਸਕਦਾ। ਸਾਨੂੰ ਆਪਣੀ ਖਵਾਤੀਨ ਦਾ ਸਹਾਰਾ ਬਣਨਾ ਪਏਗਾ ਤੇ ਉਹਨਾਂ ਦੇ ਕੰਮਾਂ ਦੇ ਵਿੱਚ ਉਹਨਾਂ ਦਾ ਹੱਥ ਬਣਾਉਣਾ ਪਏਗਾ, ਤਾਂ ਹੀ ਸਾਡਾ ਮਾਸ਼ਰਾ ਤਰੱਕੀ ਕਰ ਸਕਦਾ ਹੈ। ਠੀਕ ਹੈ ਬਾਈ ਸਲੀਮ, ਅੱਜ ਤੁਸੀਂ ਸਾਬਿਤ ਕਰ ਦਿੱਤਾ ਹੈ, ਤੁਸੀਂ ਹੀ ਮਿਸਾਲੀ ਮਾਰ ਦਿਓ। ਚਲੋ ਫਿਰ ਸਾਰੇ ਮੇਰੇ ਨਾਲ ਮਿਲ ਕੇ ਬੋਲੋ, ਹਿੰਮਤ ਔਰਤ ਦਾ ਇਖਤਿਆਰ ਮੁਸਤਕਬਿਲ ਸ਼ਾਨਦਾਰ, ਔਰਤ ਦਾ ਇਖਤਿਆਰ ਮੁਸਤਕਬਿਲ ਸ਼ਾਨਦਾਰ। ਆਖੋ ਸਕੀਓ ਨੀਲ